ਸਰ ਦਾ ਹੀਗਾ ਉਦੋਂ ਮੈਂ ਕੀਤਾ ਸੀਗਾ ਤਵੇਂ ਸਾਨੂੰ ਤੇ ਉਦੋਂ ਹੀ ਮੇਰੀ ਸੋਚ ਸੀਗੀ ਕਿ ਸ਼ੁਰੂ ਤੋਂ ਹੀ ਨੈਸ਼ਨਲ ਜਾਨਾ ਨੈਸ਼ਨ ਜਾਨਾ ਤੇ ਬਾਪੇ ਉਹਦਾ ਨਾਮ ਦਰਸ਼ਨ ਕਰਨਾ ਉਹਦੋਂ ਵੀ ਕਿੰਨਾ ਕੁ ਮਾਣ ਹੋਇਆ ਕਿ ਮੈਂ ਅੱਜ ਉਸ ਇਤਿਹਾਸ ਨੂੰ ਦਰਾ ਦਿੱਤਾ ਜਿਸ ਨੂੰ ਕਿ ਲੋਕ 1982 ਤੋਂ ਬਾਅਦ ਸ਼ਾਇਦ ਕਿਸੇ ਨੇ ਆਸ ਨਹੀਂ ਲਗਾਈ ਸੀ ਕਿ ਪੰਜਾਬ ਸਿਲਵਰ ਮੈਡਲ ਜਿੱਤ ਕੇ ਲਿਆਏ ਇਹ ਆਪ ਆਪਣੇ ਆਪ ਨੂੰ ਵੀ ਇੰਨੀ ਖੁਸ਼ੀ ਹੈ ਤੇ ਮੈਨੂੰ ਆਜ ਸੀਗੀ ਕਿ ਮੈਂ ਜਦ ਖੇਡਣਾ ਸ਼ੁਰੂ ਕੀਤਾ ਸੀਗਾ ਮੈਂ ਕਿਹਾ ਮੈਂ ਪੰਜਾਬ ਦਾ ਨਾਮ ਉੱਚਾ ਲੈ ਕੇ ਜਾਣਾ ਹੀ ਜਾਣਾ ਸੋਚ ਨਹੀਂ ਸਕਦੇ ਜੀ ਕਿ ਆਮ ਸੋ ਹੈਪੀ ਮੈਨੂੰ ਇੰਨੀ ਖੁਸ਼ੀ ਹੈ ਇਸ ਗੱਲ ਦੀ ਕਿ ਮੇਰੇ ਬੱਚੇ ਨੇ ਮੇਰੀ ਸਟੇਟ ਦਾ ਨਾਮ ਰੌਸ਼ਨ ਕੀਤਾ ਮੇਰਾ ਨਾਮ ਰੌਸ਼ਨ ਕੀਤਾ ਆਪਣੀ ਮਾਂ ਦਾ ਨਾਮ ਰੌਸ਼ਨ ਕੀਤਾ ਖਾਨਦਾਨ ਦਾ ਨਾਮ ਰੌਸ਼ਨ ਕੀਤਾ ਐ 2013 ਤੋਂ ਇਹਨੇ ਟੈਨਿਸ ਸਟਾਰਟ ਕੀਤੀ ਸੀ ਇਹਦੇ ਫਾਦਰ ਨੇ ਟੈਨਿਸ ਸਟਾਰਟ ਕਰਾਈ ਸੀ ਉਦੋਂ ਇਹ ਕਾਫੀ ਛੋਟਾ ਹੁੰਦਾ ਸੀ ਪਰ ਇਹਦੇ ਵਿੱਚ એનર્ਜੀ ਬਾਕੀ ਬੱਚੇ ਦੇ ਹਿਸਾਬ ਨਾਲ ਕਾਫੀ ਹੁੰਦੀ ਸੀ ਜਿਸ ਹਿਸਾਬ ਨਾਲ ਬੱਚੇ ਬਾਲਸ ਚੱਕਦੇ ਨੇ ਜਾਂ ਫਿਰ ਭੱਜਦੇ ਨੇ ਜਾਂ ਫਿਰ ਸਪ੍ਰਿੰਟ ਲਗਾਉਂਦੇ ਨੇ ਜਾਂ ਫਿਰ ਇਹ ਕੋਈ ਮਾਈਂਡ ਇਹਨਾਂ ਦਾ ਬਹੁਤ ਇਹਦਾ ਐਕਟਿਵ ਸੀ ਸਟਾਰਟਿੰਗ ਪੌੜੀਆਂ ਉਹਨਾਂ ਨੂੰ ਮੁਬਾਰਕ ਜਿਨ੍ਹਾਂ ਨੇ ਛਾਤੇ ਜਾਣਾ ਮੇਰੀ ਮੰਜ਼ਿਲ ਅਸਮਾਨ ਹੈ ਮੈਂ ਆਪਣਾ ਰਾਹ ਖੁਦ ਬਣਾਉਣਾ ਇਹਨਾਂ 17 23 ਆਧਾਰਿਤ ਹੈ ਅੰਮ੍ਰਿਤਸਰ ਤੋਂ 16 ਸਾਲਾ ਨੌਜਵਾਨ ਜਗਤੇਸ਼ਵਰ ਸਿੰਘ ਦੀ ਕਹਾਣੀ ਜਿਸ ਨੇ ਕਿ ਬੰਗਲੌਰ ਵਿਖੇ ਆਯੋਜਿਤ ਹੋਏ ਲੌਂ ਟੈਨਿਸ ਦੇ ਨੈਸ਼ਨਲ ਪੱਧਰੀ ਖੇਡਾਂ ਦੇ ਵਿੱਚ ਸਿਲਵਰ ਮੈਡਲ ਜਿੱਤ ਕੇ 41 ਸਾਲ ਪਹਿਲਾਂ ਦੇ ਉਸ ਇਤਿਹਾਸ ਨੂੰ 2023 ਦੇ ਵਿੱਚ ਫਿਰ ਦੁਹਰਾ ਦਿੱਤਾ ਹੈ ਔਰ ਸਿਲਵਰ ਮੈਡਲ ਹਾਸਲ ਕਰਕੇ ਅੰਮ੍ਰਿਤਸਰ ਦੇ ਨਾਮ ਨੂੰ ਇੱਕ ਹੋਰ ਸ਼ਿਖਰ ਤੇ ਇੱਕ ਹੋਰ ਉਚਾਈ ਤੇ ਪਹੁੰਚਾਇਆ ਤਾਂ ਸਾਡੇ ਨਾਲ ਜਗਤੇਸ਼ਵਰ ਜਿੰਗ ਮੌਜੂਦ ਹੈ ਜਿਸ ਦੀ ਉਮਰ ਮਹਿਸ ਹਜੇ ਸਾਲਾ ਸਾਰ 16 ਸਾਲ ਹੈ ਪਰ ਇੱਕ ਸੋਚ ਸੀਗੀ ਜ਼ੈਨ ਵਿੱਚ ਇੱਕ ਇੱਛਾ ਸੀਗੀ ਔਰ ਅਕਸਰ ਕਹਿ ਸਕਦੇ ਆ ਕਿ ਨੌਜਵਾਨ ਖੇਡਾਂ ਵੱਲ ਰੁਝੇ ਹੋਏ ਨਜ਼ਰ ਆਉਂਦੇ ਨੇ ਪਰ ਇਸ ਨੌਜਵਾਨ ਨੇ ਵੀ ਆਪਣੇ ਕਿਥੇ ਕੀ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਤੇ ਨਾਲ ਹੀ ਸ਼ਹਿਰ ਦੇ ਨਾਮ ਨੂੰ ਵੀ ਚੜਚੰਦ ਲਗਾਏ ਨੇ ਤਾਂ ਗੱਲਬਾਤ ਕਰ ਲੈਣੇ ਆ ਇੱਕ ਕਹਿ ਸਕਦੇ ਆ ਕਿ ਹਰ ਸਪੋਰਟਸਮੈਨ ਦੀ ਇੱਕ ਸੋਚ ਹੁੰਦੀ ਹੈ ਕਿ ਪਹਿਲਾਂ ਮੈਂ ਡਿਸਟ੍ਰਿਕਟ ਲੈਵਲ ਕਲੀਅਰ ਕਰਨਾ ਉਸ ਤੋਂ ਬਾਅਦ ਇੱਕ ਟਿਚਾ ਲੈ ਕੇ ਇੱਕ ਜ਼ਿੰਦਗੀ ਵਿੱਚ ਚੱਲਾਂ ਲੌਂ ਟੈਨਿਸ ਖੇਡ ਦੇ ਨਾਲ ਤੁਹਾਡਾ ਕਦ ਤੁਸੀਂ ਇਸ ਨਾਲ ਜੁੜੇ ਔਰ ਕੀ ਸੋਚ ਸੀਗੀ ਜਿਸ ਜਨਮ ਮੈਂ 10 ਸਾਲ ਰਹੇਗਾ ਉਦੋਂ ਮੈਂ ਕੀਤਾ ਸੀਗਾ ਟੈਨਿਸ ਜਾਨ ਤੇ ਉਦੋਂ ਹੀ ਮੇਰੀ ਸੋਚ ਸੀਗੀ ਕਿ ਸ਼ੁਰੂ ਤੋਂ ਹੀ ਨੈਸ਼ਨਲ ਜਾਨਾ ਨੈਸ਼ਨ ਜਾਨਾ ਤੇ ਮਾਪੇ ਉਹਦਾ ਨਾਮ ਰੌਸ਼ਨ ਕਰਨਾ ਤੇ ਉਹੀ ਸੋਚ ਮੇਰੀ ਅੱਗੇ ਮੈਨੂੰ ਲੈ ਕੇ ਆਈ ਆ ਕਿ ਪ੍ਰੇਰਨਾ ਕੀ ਸੀ ਕੋਣ ਘਰ ਵਿੱਚ ਪਹਿਲਾਂ ਕੋਈ ਇਸ ਖੇਡ ਨਾਲ ਵਾਕਫ ਸੀਗਾ ਜਾਂ ਕਿਸੇ ਨੂੰ ਦੇਖ ਕੇ ਕਿਸੇ ਖਿਡਾਰੀ ਨੂੰ ਤੁਸੀਂ ਇਸ ਵੱਲ ਜੁੜੇ ਜਿਵੇਂ ਜੋਕੋ ਵਿਚ ਨੂੰ ਵੇਖਦਾ ਰਹਿੰਦਾ ਸੀਗਾ ਤੇ ਉਹਨੂੰ ਵੇਖ ਕੇ ਅੱਗੇ ਹੋਇਆ ਤੇ ਹੁਣ ਜੇ ਗੱਲ ਕਰੀਏ ਤਾਂ ਇਹ ਜੋ ਸਿਲਵਰ ਮੈਡਲ ਇਸ ਵਕਤ ਤੇ ਤੁਹਾਡੇ ਕੋਲ ਹੈ ਕਹਿ ਸਕਦੇ ਹਾਂ ਕਿ ਇੱਕ ਸੁਪਨਾ ਤੁਸੀਂ ਪਹਿਲਾਂ ਜ਼ਿੰਦਗੀ ਵਿੱਚ ਜ਼ਰੂਰ ਸਪੇਖਿਆ ਹੋਵੇਗਾ ਕਿ ਮੇਰੇ ਵੀ ਹੱਥ ਵਿੱਚ ਮੈਡਲ ਹੋਵੇ ਤਾਂ ਅੱਜ ਉਹ ਮੈਡਲ ਜਿੱਥੇ ਕਿ ਤੁਸੀਂ ਕਹਿ ਸਕਦੇ ਹੋ ਕਿ ਹਾਸਲ ਕਰ ਚੁੱਕੇ ਇੱਕ ਮੁਕਾਮ ਇੱਕ ਇਤਿਹਾਸ ਦੇ ਵਿੱਚ ਤੁਹਾਡਾ ਨਾਮ ਵੀ ਇਸ ਮੈਡਲ ਦੇ ਨਾਲ ਜੁੜ ਚੁੱਕਿਆ ਹੈ ਤਾਂ ਖੁਦ ਨੂੰ ਕਿੰਨਾ ਮਾਣ ਹੈ ਇਹ ਆਪ ਨੂੰ ਵੀ ਬਹੁਤ ਜ਼ਿਆਦਾ ਮਾਣ ਹੈ ਤੇ ਆਪਣੇ ਅੰਮ੍ਰਿਤਸਰ ਤੇ ਵੀ ਮਾਣ ਹੈ ਕਿ ਆਪਾਂ ਅੰਮ੍ਰਿਤਸਰ ਚੋਂ ਨਿਕਲ ਕੇ ਨਹੀਂ ਅੱਗੇ ਤੱਕ ਗਏ ਆ ਹਾਂ ਅਸ਼ੁਰੂਆਤੀ ਪੱਧਰ ਦੀ ਗੱਲ ਕਰੀਏ ਜਾਂ ਤੁਸੀਂ ਇਸ ਖੇਡ ਨਾਲ ਜੁੜੇ ਸੀਗੇ ਜਦੋਂ ਤੁਸੀਂ ਗੱਲ ਕੀਤੀ 10 ਸਾਲ ਦਾ ਮੈਂ ਸੀਗਾ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਆਪਣੇ ਵਿੱਚ ਕਿਹੜੇ ਚੇਂਜ ਵੇਖਣ ਨੂੰ ਮਿਲੇ ਔਰ ਜਦ ਤੁਸੀਂ ਉੱਥੇ ਕੰਪੀਟ ਕੀਤਾ ਉੱਥੋਂ ਦਾ ਮਾਹੌਲ ਕਿਦਾਂ ਦਾ ਸੀ ਉੱਥੋਂ ਦੇ ਜੋ ਖਿਡਾਰੀ ਸੀ ਜਾਂ ਹੋਰ ਉੱਥੋਂ ਦਾ ਜੋ ਕਹਿ ਸਕਦੇ ਆ ਪੂਰਾ ਸਪੋਰਟਸ ਦਾ ਔਰਾ ਸੀਗਾ ਉਹ ਸਾਰਾ ਕਿਹੋ ਜਿਹਾ ਦਾ ਸੀ ਜੀ ਉੱਥੋਂ ਦੇ ਖਿਡਾਰੀ ਤੇ ਬਹੁਤ ਹੀ ਆਪਣੇ ਬਰਾਬਰ ਦੇ ਸੀਗੇ ਤੇ ਆਪਾਂ ਉਹਨਾਂ ਨੂੰ ਵੇਖ ਵੇਖ ਕੇ ਆਪਾਂ ਸੋਚਿਆ ਕਿ ਇੰਜ ਖੇਡਿਆ ਜਾਵੇ ਇੰਜ ਖੇਡਿਆ ਜਾਵੇ ਤੇ ਆਪਾਂ ਐਂਜੀ ਖੇਡਦੇ ਖੇਡਦੇ ਸਭ ਨੂੰ ਹੈਰਾਨ ਦੇ ਗੁਜਰਾਤ ਨੂੰ ਗੁਜਰਾਤ ਵੀ ਟੀਮ ਬਹੁਤ ਸਟਰੋਂਗ ਸੀ ਆਪਾਂ ਉਹਨੂੰ ਵੀ ਹਰਾ ਕੇ ਇੰਨੀ ਅੱਗੇ ਆਏ ਤੇ ਸਾਨੂੰ ਤੇ ਪਹਿਲੇ ਟੀਮ ਨੇ ਕਹਿਣਾ ਸ਼ੁਰੂ ਕਰਤਾ ਸੀ ਆਪਾਂ ਉੱਥੇ ਬੜੇ ਹੀ ਤੇ ਕਹਿਣਾ ਸ਼ੁਰੂ ਕਰਤਾ ਕਿ ਪੰਜਾਬ ਨੇ ਹਾਰ ਜਾਣਾ ਪੰਜਾਬ ਨੇ ਹਾਰ ਜਾਣਾ ਫੇਰ ਵੀ ਆਪਾਂ ਇੱਕ ਮਨਚ ਗੱਲ ਰੱਖੀਗੀ ਆਪਾਂ ਜਿੱਤ ਕੇ ਹੀ ਆਉਣਾ ਜਿੱਤ ਕੇ ਹੀ ਆਉਣਾ ਆਹ ਗੱਲ ਕਰੀਏ 16 ਸਾਲ ਦੀ ਤੁਹਾਡੀ ਉਮਰ ਹੈ ਤਾਂ ਇਹ ਉਮਰ ਇੱਕ ਬੜਾ ਹੀ ਜ਼ਿੰਦਗੀ ਦਾ ਬੜਾ ਹੀ ਕੈਸੀ ਨੇ ਕ੍ਰੂਸ਼ਲ ਟਾਈਮ ਹੁੰਦਾ ਹੈ ਜਿਸ ਦੇ ਵਿੱਚ ਅਸੀਂ ਇਛਾਵਾਂ ਨਾਲ ਵੀ ਜੁੜੇ ਹੁੰਨੇ ਆ ਅਸੀਂ ਆਪਣੇ ਕਰੀਅਰ ਨੂੰ ਲੈ ਕੇ ਵੀ ਬੜੀਆਂ ਚਿੰਤਾਵਾਂ 'ਚ ਰਹਿੰਦੇ ਆ ਔਰ ਖੇਡਾਂ ਵਾਲੇ ਵੀ ਤੁਸੀਂ ਬੜਾ ਇੱਕ ਵਧੀਆ ਆਪਣਾ ਜ਼ੋਰਦਾਰ ਪ੍ਰਦਰਸ਼ਨ ਕੀਤਾ ਤਾਂ ਇਹ ਸਭ ਦੇ ਵਿੱਚੋਂ ਲੰਘ ਕੇ ਖੇਡ ਨੂੰ ਔਰ ਪੜ੍ਹਾਈ ਨੂੰ ਸਮਾਂ ਕਿਸਾ ਦਿੰਦੇ ਸੀਗੇ ਜੇ ਮੈਂ ਖੇਡ ਚ ਸਵੇਰੇ ਤੇ ਸ਼ਾਮ ਖੇਡਦਾ ਰਹਿੰਦਾ ਸੀਗਾ ਤੇ ਰਾਤੀ ਜਦ ਹੁਣਾ ਤੇ ਉਦੋਂ ਰਾਤੀ ਬੈ ਕੇ ਪੜ੍ਹਾਈ ਕਰਨੀ ਤੇ ਟਿਊਸ਼ਨਸ ਜਾਣੀ ਆ ਕਿੰਨੇ ਘੰਟੇ ਪ੍ਰੈਕਟਿਸ ਇਹ ਪ੍ਰੈਕਟਿਸ ਮੇਰੀ 6 ਹਾਰਸ ਹੈ ਉੱਥੇ ਜਾਂਦੇ ਤੁਸੀਂ ਸਟੇਟ ਲੈਵਲ ਖੇਡੇ ਹੋ ਉਸ ਤੋਂ ਬਾਅਦ ਤੁਸੀਂ ਨੈਸ਼ਨਲ ਲੈਵਲ ਦੇ ਵਿੱਚ ਵੀ ਖੇਡਿਆ ਤਾਂ ਗੱਲ ਕਰੀਏ ਤਾਂ ਕਿਹੜੇ ਕਿਹੜੇ ਔਖੀਆਂ ਮੁਸ਼ਕਲਾਂ ਸੀਗੀਆਂ ਜਿਹੜਾ ਕਹਿ ਸਕਦੇ ਇੱਕ ਯਾਦ ਵੀ ਮੇਰੀ ਜ਼ਿੰਦਗੀ ਦੀ ਇੱਕ ਸਬਕ ਵੀ ਰਿਹਾ ਉਹ ਸਿੱਖ ਵੀ ਮਿਲੀ ਉੱਥੋਂ ਜੀ ਮੈਂ ਹਾਰਿਆ ਵੀ ਬਹੁਤ ਆ ਤੇ ਹਾਰ-ਹਾਰ ਕੇ ਮੈਨੂੰ ਸਮਝ ਆਈਏ ਕਿ ਇੰਜ ਖੇਡ ਕੇ ਜਿੱਤਿਆ ਜਾ ਸਕਦਾ ਤੇ ਮੇਰੀ ਮਿਹਨਤ ਹੀ ਮੇਰਾ ਇੱਥੋਂ ਤੱਕ ਮੈਨੂੰ ਲੈ ਕੇ ਆਈ ਤੇ ਮੇਰੇ ਮਾਪਿਆਂ ਦੀ سپورਟ ਉੱਥੇ ਕੀ ਸਕੋਰਿੰਗ ਲੈਵਲ ਕੀ ਸੀਗਾ ਤੁਹਾਡੇ ਨਾਲ ਫਾਈਨਲ ਦੇ ਵਿੱਚ ਕੌਣ ਕੰਪੀਟੀਟਰ ਸੀਗਾ ਔਰ ਕਿੰਨੇ ਗੋਲ ਤੋਂ ਤੁਸੀਂ ਉਸ ਨੂੰ ਜੋ ਕਹਿ ਸਕਦੇ ਹਾਂ ਹਰਾਇਆ ਇਹ ਹਰਿਆਣਾ ਸੀਗਾ ਮੇਰੇ ਕੰਪੀਟਿਟੈਂਸ ਤੇ ਜਿਉ ਤਮੈ 6-8 ਹਾਰ ਗਿਆ ਸੀਗਾ ਫਾਈਨਲ ਹਰਿਆਣੇ ਤੋਂ ਜਿੱਤੇ ਗੱਲ ਕਰੀਏ ਤਾਂ ਅੰਮ੍ਰਿਤਸਰ ਹਵਾਈ ਅੱਡੇ ਤੇ ਤੁਹਾਡਾ ਬੜਾ ਹੀ ਪਰਵਾ ਸਵਾਗਤ ਕੀਤਾ ਗਿਆ ਤੁਹਾਡੇ ਪਿਤਾ ਤੁਹਾਡੇ ਮਾਤਾ ਹਰ ਇੱਕ ਦੇ ਚਿਹਰੇ ਤੇ ਬੜੀ ਹੀ ਕਹਿ ਸਕਦੇ ਆ ਵਿਲੱਖਣ ਮੁਸਕਰਾਹਟ ਸੀਗੀ ਤਾਂ ਖੁਦ ਨੂੰ ਵੀ ਕਿੰਨਾ ਕੁ ਮਾਣ ਹੋਇਆ ਕਿ ਮੈਂ ਅੱਜ ਉਸ ਇਤਿਹਾਸ ਨੂੰ ਦਰਾ ਦਿੱਤਾ ਜਿਸ ਨੂੰ ਕਿ ਲੋਕ 1982 ਤੋਂ ਬਾਅਦ ਸ਼ਾਇਦ ਕਿਸੇ ਨੇ ਆਸ ਨਹੀਂ ਲਗਾਈ ਸੀ ਕਿ ਪੰਜਾਬ ਸਿਲਵਰ ਮੈਡਲ ਜਿੱਤ ਕੇ ਲਿਆਏਗਾ ਇਹ ਆਪ ਆਪਣੇ ਆਪ ਨੂੰ ਵੀ ਇੰਨੀ ਖੁਸ਼ੀ ਹੈ ਤੇ ਮੈਨੂੰ ਆਜ ਸੀਗੀ ਕਿ ਮੈਂ ਜਦ ਖੇਡਣਾ ਸ਼ੁਰੂ ਕੀਤਾ ਸੀਗਾ ਮੈਂ ਕਿਹਾ ਮੈਂ ਪੰਜਾਬ ਦਾ ਨਾਮ ਉੱਚਾ ਲੈ ਕੇ ਜਾਣਾ ਹੀ ਜਾਣਾ ਕਿਹਾ ਤੇ ਅਕਸਰ ਜਾਂਦਾ ਹੈ ਕਿ ਪੁੱਤ ਮਾਵਾਂ ਦੇ ਲਾੜਲੇ ਹੁੰਦੇ ਨੇ ਪਰ ਬਾਬ ਦਾ ਵੀ ਆਪਣੇ ਪੁੱਤਰ ਦੇ ਨਾਲ ਇੱਕ ਗੂੜਾ ਨਾਤਾ ਹੁੰਦਾ ਜੋ ਕਿ ਦੁਨੀਆ ਤੋਂ ਸ਼ਾਇਦ ਉਹਲੇ ਰਹਿੰਦਾ ਪਰ ਉਹ ਬਾਪ ਸਮਝਦਾ ਕਿ ਮੈਂ ਆਪਣੇ ਪੁੱਤਰ ਪ੍ਰਤੀ ਕਿੰਨੀ ਖੰਦਰਦੀ ਰੱਖਦਾ ਤਾਂ ਸਾਡੇ ਨਾਲ ਜਗਤੇਸ਼ਵਰ ਦੇ ਪਿਤਾ ਇੰਦਰਪਾਲ ਸਿੰਘ ਮਜੂਨ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਅੱਜ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਕਿ ਅੱਜ ਪੁੱਤਰ ਨੇ ਉਹ ਇਤਿਹਾਸ ਉਹ ਕਹਿ ਸਕਦੇ ਆ ਕਿ ਉਹੀ ਘੜੀ ਫਿਰ ਪੰਜਾਬ ਲਈ ਲਿਆ ਦਿੱਤੀ ਜੋ 1982 ਦੇ ਵਿੱਚ ਦਰਾਈਗੀ ਤੁਸੀਂ ਨਹੀਂ ਸੋਚ ਨਹੀਂ ਸਕਦੇ ਜੀ ਕਿ ਆਈ ਐਮ ਸੋ ਹੈਪੀ ਮੈਨੂੰ ਇੰਨੀ ਖੁਸ਼ੀ ਹੈ ਇਸ ਗੱਲ ਦੀ ਕਿ ਮੇਰੇ ਬੱਚੇ ਨੇ ਮੇਰੀ ਸਟੇਟ ਦਾ ਨਾਮ ਰੌਸ਼ਨ ਕੀਤਾ ਮੇਰਾ ਨਾਮ ਰੌਸ਼ਨ ਕੀਤਾ اپنی ماں ਦਾ ਨਾਮ ਰੋਸ਼ਨ ਕੀਤਾ ਖਾਨਦਾਨ ਦਾ ਨਾਮ ਰੋਸ਼ਨ ਕੀਤਾ ਇਹ ਸੋਚਣ ਸਮਝਣ ਤੋਂ ਬਾਹਰ ਹੈ ਜਦੋਂ ਮੈਨੂੰ ਪਤਾ ਲੱਗਿਆ ਸੀਗਾ ਕਿਉਂਕਿ ਜਦੋਂ ਉੱਥੇ ਗੇਮ ਚੱਲ ਰਹੀ ਸੀ ਅਸੀਂ ਨਾਲੋਂ ਨਾਲ ਅਪਡੇਟ ਲੈ ਰਹੇ ਸੀਗੇ ਇਹ ਲੈ ਰਹੇ ਸੀ ਇਹ ਵੀ ਟੀਮ ਬੜੀ ਸਟਰੋਂਗ ਹੈ ਮਹਾਰਾਸ਼ਟਰ ਬੜੀ ਸਟਰੋਂਗ ਹੈ ਗੁਜਰਾਤ ਪਤਾ ਲੱਗਿਆ ਸੀ ਬੜੀ ਸਟਰੋਂਗ ਹੈ ਟੀਮਸ ਬੜੀਆਂ ਸਟਰੋਂਗ ਸੀਗੀਆਂ ਉੱਥੇ ਕੁਝ ਸਾਡੀ ਜਿਹੜੀਆਂ ਇੱਥੋਂ ਦੀਆਂ ਪਲੇਗਰਾਉਂਡਸ ਨੇ ਉਹ ਉੱਥੋਂ ਦੇ ਪਲੇਗਰਾਉਂਡਸ ਨਾਲ ਕਾਫੀ ਡਿਫਰੈਂਟ ਨੇ ਉਹ ਬਹੁਤ ਐਡਵਾਂਸ ਨੇ ਪੰਜਾਬ ਦੇ ਵਿੱਚ ਇਸ ਗੇਮ ਨੂੰ ਲੈ ਕੇ ਹਾਲੀ ਇਨਾ ਸਿਸਟਮ ਐਡਵਾਂਸ ਨਹੀਂ ਹੈ ਪਰ ਫਿਰ ਵੀ ਮੇਰੇ ਬੱਚੇ ਦਾ ਟੈਲੈਂਟ ਸੀਗਾ ਹੈ ਨਾ ਸੋ ਉਹਨਾਂ ਨਾਲ ਮਤਲਬ ਪੂਰਾ ਜੋਰ ਲਾ ਕੇ ਕੰਪੀਟ ਕੀਤਾ ਕੰਪੀਟ ਕਰਨ ਤੋਂ ਬਾਅਦ ਫਿਰ ਜਦੋਂ ਸਾਨੂੰ ਇਹ ਮਹਿਸੂਸ ਹੋ ਗਿਆ ਕਿ ਵੀ ਕਿਉਂਕਿ ਗੁਜਰਾਤ ਕਿਆ ਜਾ ਰਹੀ ਸੀ ਵੀ ਟੀਮ ਬੜੀ ਸਟਰੋਂਗ ਹੈ ਜਦੋਂ ਉਹਨੂੰ ਹਰਾਇਆ ਫਿਰ ਸਾਨੂੰ ਯਕੀਨ ਹੋ ਗਿਆ ਫਿਰ ਮੈਂ ਇਹਦੇ ਨਾਲ ਗੱਲ ਕੀਤੀ ਮੈਂ ਕਿਹਾ ਕਹਿੰਦਾ ਪਾਪਾ ਫਿਗਰ ਕਰਨ ਦੀ ਕੋਈ ਲੋੜ ਨਹੀਂ ਹੈ ਜੋ ਅਸੀਂ ਕਹਿੰਨੇ ਆ ਕਹਿੰਦਾ ਤੂੰ ਫਿਗਰ ਨਾ ਕਰੋ ਆਪਾਂ ਫੱਟੇ ਚੱਕਦਾਗੇ ਹਾਂ ਗੱਜ ਦਿਖਦੇ ਕਿ ਇਨਾ ਮਾਣ ਮਹਿਸੂਸ ਹੁੰਦਾ ਪਰਿਵਾਰ ਦੇ ਵਿੱਚ ਇੱਕ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਕਿ ਇੱਕ ਕਹਿ ਸਕਦੇ ਆ ਕਿ ਉਮਰ ਛੋਟੀ ਹੈ ਪਰ ਖਵਾਬ ਵੱਡੇ ਨੇ ਉਹਨਾਂ ਵੱਡੇ ਖਵਾਬਾਂ ਕਰਕੇ ਹੀ ਅੱਜ ਉਹ ਇੱਕ ਚੰਗੇ ਰਾਹ ਤੇ ਜਾਂਦਾ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਕਿਉਂਕਿ ਇਹ ਜਦੋਂ ਨਾ ਛੋਟਾ ਸੀ ਨਾ ਜੀ ਜਦੋਂ ਇਹ 3rd ਚ ਸੀਗਾ ਸ਼ਾਇਦ ਅਸੀਂ ਆਪਸ ਵਿੱਚ ਦੋਵੇਂ ਨਾ ਕ੍ਰਿਕਟ ਬਹੁਤ ਖੇលਦੇ ਸੀ ਇਹਨੂੰ ਸ਼ੌਂਕ ਸੀ ਕ੍ਰਿਕਟ ਖੇਡਣ ਦਾ ਫਿਰ ਜਦੋਂ ਮੈਂ ਉੱਥੇ ਦੇਖਿਆ ਵੀ ਇਹਦਾ એનર્ਜੀ ਲੈਵਲ ਕੋਈ ਖਾਸ ਸੀਗਾ એનર્ਜੀ ਲੈਵਲ ਦਾ એનર્ਜੀ ਲੈਵਲ ਬਹੁਤ ਸੀਗਾ ਫਿਰ ਇਹਦਾ ਮੈਂ ਦੇਖਿਆ ਕਿ ਬਈ ਇਹਦਾ ਥੋੜਾ ਧਿਆਨ ਇਹਦੇ ਵੱਲ ਗੇਮ ਵੱਲ ਬ ਫੇਰ ਮੈਂ ਇਹਨੂੰ ਜਦੋਂ 4th ਚ ਆਈ ਥਿੰਕ ਮੈਨੂੰ ਯਾਦ ਹੈ ਉਦੋਂ ਮੈਂ ਇਹਨੂੰ ਇਸ ਗੇਮ 'ਚ ਪਾਤਾ ਮੈਨੂੰ ਸਾਰਿਆਂ ਨੇ ਬੜਾ ਜਨਾ ਕਿ ਆ ਕਿ ਇਸ ਗੇਮ ਦਾ ਕੁਛ ਹੈ ਕਿ ਇਹਨਾਂ ਫਿਚਰ ਨਹੀਂ ਹੈ ਕੋਈ ਪੰਜਾਬ 'ਚ ਇਹਨੂੰ ਕੋਈ ਇਹਨਾਂ ਪ੍ਰਮੋਟ ਨਹੀਂ ਕਰਦਾ ਇਹ ਨਹੀਂ ਕਰਦਾ ਉਹ ਨਹੀਂ ਕਰਦਾ ਬਟ ਮੈਂ ਇੱਕ ਗੱਲ ਦੇਖ ਲਈ ਸੀ ਕਿ ਮੇਰਾ ਬੱਚਾ ਇਸ ਚੀਜ਼ ਨੂੰ ਲੈ ਕੇ ਇਨਕਲਾਈਨ ਹੈ ਸੋ ਮੈਂ ਇਹਨੂੰ ਇਸ ਗੇਮ 'ਚ ਪਾਤਾ ਔਰ ਇਹਨੇ ਪੂਰੀ ਮਿਹਨਤ ਕੀਤੀ ਔਰ ਦਿਨ ਦੇ ਐਟਲੀਸਟ 6 ਆਵਰਸ ਖੇਲਦਾ ਸਿਕਸਰ ਖੇਡ ਦੇ ਖੇਲਦੇ ਅੰਡਰ 14 ਵੀ ਇਹ ਚੈਂਪੀਅਨ ਰਿਹਾ ਸਟੇਟ ਚੈਂਪੀਅਨ ਅੰਡਰ 17 ਵੀ ਸਟੇਟ ਚੈਂਪੀਅਨ ਰਿਹਾ ਹੈ ਸਕੂਲ ਸਟੇਟ ਚੈਂਪੀਅਨ ਰਿਹਾ ਹੈ ਫਿਰ ਸੀਐਮ ਸਾਹਿਬ ਨੇ ਕਰਾਇਆ ਸੀਗਾ ਖੇਡ ਮੇਲਾ ਉਹਦੇ ਚ ਵੀ ਗੋੜ ਲਿਆ ਆਏ ਨੇ ਸੋ ਬਹੁਤ ਵਧੀਆ ਰਿਹਾ ਸਟਾਰਟ ਤੋਂ ਜਿੱਤਦਾ ਹੀ ਰਿਹਾ ਜਿੱਤਦਾ ਹੀ ਰਿਹਾ ਬੁਲੰਦ ਹੌਸਲਿਆਂ ਦੀ ਇੱਕ ਵੱਡੀ ਉਦਾਹਰਣ ਹੈ ਜਿੱਥੇ ਕਿ ਹੁਣ ਦੇ ਸਮੇਂ ਦੇ ਵਿੱਚ ਅਕਸਰ ਪੰਜਾਬ ਤੇ ਇੱਕ ਗੂੜਾ ਕਲੰਕ ਨਜ਼ਰ ਆਉਂਦਾ ਹੈ ਕਿ ਪੰਜਾਬ ਨਸ਼ਿਆਂ ਦੇ ਰਾਹਾਂ ਤੇ ਚਲਦਾ ਹੋਇਆ ਵਿਖਾਈ ਦਿੰਦਾ ਪਰ ਅਜਿਹੇ ਨੌਜਵਾਨ ਅਜਿਹੇ ਸ਼ਕਤੀਤਾਵੇਂ ਨੇ ਜੋ ਪੰਜਾਬ ਨੂੰ ਉਸ ਦਲਦਲ ਚੋਂ ਬਾਹਰ ਕੱਢਦੇ ਹੋਈਆਂ ਵਿਖਾਈ ਦਿੰਦੀਆਂ ਨੇ ਔਰ ਪੰਜਾਬ ਦੇ ਨਾਮ ਨੂੰ ਸੁਨਹਿਰੇ ਅੱਖਰਾਂ ਦੇ ਵਿੱਚ ਸੁਨਹਿਰੇ ਇਤਿਹਾਸ ਦੇ ਵਿੱਚ ਪੰਜਾਬ ਦਾ ਨਾਮ ਜੋੜਦੇ ਹੋਈਆਂ ਵਿਖਾਈ ਦਿੰਦੀਆਂ ਨੇ ਅਸੀਂ ਵੀ ਇਹ ਆਸ ਕਰਦੇ ਹਾਂ ਕਿ ਨੌਜਵਾਨ ਪੰਜਾਬ ਦੇ ਖੇਡਾਂ ਨਾਲ ਜੁੜਨ ਚੰਗੇ ਰਹਿਣ ਤੇ ਜੁੜਨ ਜਿੱਥੇ ਕਿ ਉਹਨਾਂ ਦੇ ਮਾਪਪਾ ਦਾ ਨਾਮ ਰੋਸ਼ਨ ਹੋਵੇ ਤੇ ਨਾਲ ਹੀ ਪੰਜਾਬ ਦਾ ਨਾਮ ਵੀ ਸੁਨਹਿਰੇ ਅੱਖਰਾਂ ਦੇ ਵਿੱਚ ਲਿਖਿਆ ਜਾਵੇ ਅਮਰੇ ਸਰ ਤੋਂ ਨਿਤਿਸ਼ ਸਬਰਵਾਲ ਨਿਊਜ਼ ਏਟੀਐਨ ਪੰਜਾਬ